ਅਰਨਾਜ਼ ਜਿੱਦਾਂ ਸ਼ੁਰੂ ਤੋਂ ਹੀ ਜਦੋਂ ਸੀ ਉਹ ਥੋੜ੍ਹੀ ਐਕਟਿਵ ਸਮਾਰਟ ਰਹਿੰਦੀ ਸੀਗੀ, ਔਰ ਇਹ ਇਕੱਲੀ ਲੜਕੀ ਹੈ ਸਾਡੇ ਘਰ 'ਚ, ਫਸਟ ਐਂਡ ਲਾਸਟ ਲੜਕੀ ਹੈ। ਬਟ ਇਹ ਇਹਦੇ 'ਚ ਬਹੁਤ ਡਾਊਨ ਟੂ ਅਰਥ, ਬਹੁਤ ਸੌਫਟ ਸਪੋਕਨ, ਔਰ ਇਹਨੂੰ ਵੈਲ ਮੈਨਰਿਜ਼ਮ ਦੇ ਅਵਾਰਡ ਵੀ ਮਿਲਿਆ ਹੈ, ਅਬਰੋਡ ਵੀ ਜਦੋਂ ਸੀ ਉਦੋਂ ਵੀ ਮਿਲੇ ਆ, ਔਰ ਇਹਦੇ ਸਕੂਲ ਲੈਵਲ 'ਤੇ ਵੀ ਇਹਨੂੰ ਅੱਛਾ ਮਤਲਬ ਸਟੂਡੈਂਟ ਦੇ ਵੀ ਮਿਲੇ ਆ। ਸ਼ਿਵਾਲਿਕ ਪਬਲਿਕ ਸਕੂਲ ਤੋਂ ਹੋ ਰਹੀ ਹੈ, ਉੱਥੇ ਪ੍ਰਿੰਸੀਪਲ ਰਵੀ ਕਿਰਨ ਮੈਮ ਨੇ, ਉਹਨਾਂ ਨੇ ਵੀ ਬੋਲਿਆ ਕਿ ਬਹੁਤ ਡਿਸੈਂਟ ਬੱਚਾ ਹੈ, ਵੈਰੀ ਡਾਊਨ ਟੂ ਅਰਥ ਹੈ, ਬਹੁਤ ਸੌਫਟ ਸਪੋਕਨ ਹੈ। ਇਹ ਚੀਜ਼ਾਂ ਉਹਦੀ ਸ਼ੁਰੂ ਤੋਂ ਜਿਹੜੀਆਂ ਹੁਣ ਤੱਕ ਵੀ ਉਹਦੇ 'ਚ ਹੀ ਆ ਸੇਮ, ਹੁਣ ਤੱਕ ਵੀ ਉਹਨੇ ਆਪਣੀ ਕੋਈ ਵੀ ਬਚਪਨ ਦੀ ਜਿਹੜੀ ਚੀਜ਼ ਹੈ ਉਹਨੂੰ ਨਹੀਂ ਪਿੱਛੇ ਛੱਡੇ, ਹੁਣ ਵੀ ਉਹ ਸੌਫਟ ਸਪੋਕਨ ਹੈ, ਡਾਊਨ ਟੂ ਅਰਥ ਹੈ। ਸਰ ਉਹਨਾਂ ਥੋੜ੍ਹਾ ਪੇਜੈਂਟ ਕਰਕੇ ਨਾ ਵੇਟ ਲੂਜ਼ ਕਰਨਾ ਚਾਹੁੰਦੀ ਸੀਗੀ ਨਾ, ਤੇ ਉਹਨੂੰ ਕਿਸੇ ਨੇ ਕਹਿਤਾ ਕਿ ਕਣਕ ਨਾਲ ਤੈਨੂੰ ਵੇਟ ਗੇਨ ਹੋਏਗਾ, ਔਰ ਰੋਟੀ ਤੋਂ ਬਿਨਾਂ ਤਾਂ ਪੰਜਾਬੀ ਰਹਿ ਨਹੀਂ ਸਕਦੇ। ਫਿਰ ਮੈਂ ਮੱਕੀ ਦੀ ਰੋਟੀ ਉਹਨੂੰ ਉਹਦੇ ਵਿੱਚ ਕਦੀ ਕਿਸੇ ਚੀਜ਼ ਨਾਲ, ਕਦੀ ਮੂਲੀਆਂ ਪਾ ਦਿੰਦੀ ਹਾਂ, ਕਦੀ ਆਲੂ ਪਾ ਕੇ, ਕਦੀ ਇੱਦਾਂ ਕਰਕੇ ਡਿਫਰੈਂਟ ਡਿਫਰੈਂਟ ਸਟਾਈਲ ਨਾਲ ਉਹਨੂੰ ਬਣਾਉਂਦੀ ਰਹੀ, ਔਰ ਉਹ ਹਮੇਸ਼ਾ ਖਾਂਦੀ ਸੀਗੀ, ਔਰ ਸਵੇ ਬਹੁਤ ਥੈਂਕ ਯੂ ਕਰਦੀ ਸੀ, ਮੰਮਾ ਬਹੁਤ ਯਮ ਬਣੀ ਹੈ, ਕਿਉਂਕਿ ਉਹ ਮਾਰਨਿੰਗ 'ਚ ਕਈ ਵਾਰੀ ਖਾਲੀ ਪੇਟ ਰਹਿੰਦੀ ਸੀਗੀ, ਮੈਂ ਉਹਨੂੰ ਆਦਤ ਪਾਤੀ ਸੀ ਰੋਟੀ ਖਾਣੀ, ਮੱਕੀ ਦੀ ਰੋਟੀ ਉਹਦੀ ਫੇਵਰੇਟ ਬਣ ਗਈ। ਕਰੋਨਾ ਟਾਈਮ 'ਤੇ ਉਹਨੇ ਬਹੁਤ ਚੀਜ਼ਾਂ ਸਿੱਖੀਆਂ ਸਾਨੂੰ, ਈਵਨ ਮੈਂ ਆਪਣੇ ਕੰਮ 'ਚ ਇੰਨਾ ਬਿਜ਼ੀ ਹੁੰਦੀ ਸੀ, ਮੈਨੂੰ ਵੀ ਡਿਨਰ ਕਰਾਉਂਦੀ ਸੀਗੀ, ਔਰ ਮੈਂ ਆਣ ਕੇ ਰਿਲੈਕਸ ਹੁੰਦੀ ਕਿ ਵਾਹ ਅੱਜ ਤਾਂ ਡਿਨਰ ਕੁੱਕ ਕੀਤਾ, ਔਰ ਬਹੁਤ ਯੰਮੀ। ਮੇਰੇ ਹੱਥ ਤਾਂ ਉਹਨੂੰ ਹਰ ਚੀਜ਼ ਹੀ ਵੈਸੇ ਪਸੰਦ ਹੈ, ਬਿਰਿਆਨੀ ਪਸੰਦ ਹੈ ਉਹਨੂੰ, ਵੈਜ ਬਿਰਿਆਨੀ ਪਲੱਸ ਸਾਗ, ਔਰ ਮੱਕੀ ਦੀ ਰੋਟੀ ਜੋ ਫੇਵਰੇਟ ਹੈ ਉਹਦੀ, ਸਭ ਤੋਂ ਬੈਸਟ ਮੱਕੀ ਦੀ ਰੋਟੀ। ਕਾਲਜ ਸੈਕਟਰ 42 'ਚ ਗੌਰਮੈਂਟ ਕਾਲਜ ਹੈ ਜਿਹੜਾ, ਉੱਥੇ ਉਹ ਸੈਕਿੰਡ ਰਨਰ ਅਪ ਰਹੀ ਸੀ, ਉਸ ਤੋਂ ਬਾਅਦ ਹੀ ਉਹ ਅੱਗੇ ਮੋਟੀਵੇਟ ਹੁੰਦੀ ਰਹੀ ਔਰ ਅੱਗੇ ਅੱਗੇ ਵੱਧਦੀ ਰਹੀ। ਬਾਕੀ ਉਹਦੇ ਵਿੱਚ ਉਹਦੇ ਪ੍ਰਿੰਸੀਪਲ ਸਾਹਿਬ ਜਿਹੜੇ ਆ ਉਹਨਾਂ ਦੇ ਜਿਹੜੇ ਟੀਚਰਸ ਨੇ, ਜਿਨ੍ਹਾਂ ਦਾ ਮੈਨੂੰ ਕਈਆਂ ਦਾ ਨਾਮ ਨਹੀਂ ਬਾਏ ਫੇਸ ਪਤਾ ਹੈ, ਮੋਹਿਤ ਸਰ ਨੇ, ਉਹਨੂੰ ਸਭ ਦਾ ਬਹੁਤ ਜ਼ਿਆਦਾ ਹੀ, ਟੀਚਰਸ ਨੇ ਔਰ ਪ੍ਰਿੰਸੀਪਲ ਮੈਮ ਨੇ ਉਹਨਾਂ ਨੂੰ ਹਰ ਟਾਈਮ ਨਾ ਬਹੁਤ ਜ਼ਿਆਦਾ ਸਪੋਰਟ ਕੀਤਾ ਕਿ ਤੂੰ ਅੱਗੇ ਚੱਲ। ਕਦੀ ਵੀ ਉਹਨਾਂ ਨੇ ਇਹ ਨਹੀਂ ਕੀਤਾ ਕਿ ਬੇਟਾ ਆਪ ਤੂੰ ਕਲਾਸਿਸ ਨਹੀਂ ਲਗਾ ਰਹੀ, ਇਹ ਨਹੀਂ ਕਰ ਰਹੇ। ਈਵਨ ਮੋਹਿਤ ਸਰ ਨੇ ਤਾਂ ਇੱਥੋਂ ਤੱਕ ਕਿ ਜਿਹੜੇ ਔਨਲਾਈਨ ਪੇਪਰ ਸੀਗੇ ਉਹਦੇ ਲਈ ਵੀ ਮੈਨੂੰ ਸਪੈਸ਼ਲੀ ਕਾਲ ਕਰਕੇ ਕਿ ਬੱਚੇ ਦਾ ਸਾਲ ਨਾ ਕੋਈ ਵੇਸਟ ਹੋਏ, ਦਿਨ ਨਾ ਵੇਸਟ ਹੋਏ, ਮਤਲਬ ਇੰਨੀ ਜ਼ਿਆਦਾ ਸਪੋਰਟ ਸੈਕਟਰ 42 ਗਵਰਨਮੈਂਟ ਕਾਲਜ ਤੋਂ ਮਿਲੀ ਹੈ ਨਾ, ਕਿ ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਕਰਨਾ ਚਾਹੁੰਦੀ ਹਾਂ। 1, 2, 3 ਤੋਂ ਹੀ ਗਿਣਤੀ ਸ਼ੁਰੂ ਹੁੰਦੀ ਹੈ, ਫਿਰ ਹੀ ਉਹ ਸੌਵਾਂ 'ਚ, ਹਜ਼ਾਰਾਂ 'ਚ ਅਤੇ ਲੱਖਾਂ 'ਚ ਬਣਦੇ, ਅਤੇ ਇੱਕ ਪਿੰਡ ਤੋਂ ਹੀ ਸ਼ੁਰੂਆਤ ਹੁੰਦੀ ਹੈ। ਪਿੰਡ 'ਚ ਪਰਿਵਾਰ ਜਿਹੜੇ ਨੇ ਉਹ ਇੱਕ ਦੂਜੇ ਨਾਲ ਬਹੁਤ ਪਿਆਰ ਨਾਲ ਰਹਿੰਦੇ ਨੇ, ਪਿੰਡ ਤੋਂ ਬਾਅਦ ਸ਼ਹਿਰ ਬਣਦੇ ਨੇ, ਸ਼ਹਿਰਾਂ ਤੋਂ ਬਾਅਦ ਫਿਰ ਵੱਡੇ ਸ਼ਹਿਰ, ਫਿਰ ਕੋਸਮੋਪੋਲੀਟਨ ਜਿਹੜੇ ਹੁੰਦੇ ਨੇ ਉਹ, ਔਰ ਉਸ ਤੋਂ ਬਾਅਦ ਫਿਰ ਦੇਸ਼ ਬਣਦਾ ਹੈ। ਇੱਦਾਂ ਹੀ ਸਭ ਜੁੜੇ ਹੋਏ ਆ, ਪਿੰਡਾਂ ਵਾਲੇ ਕਿਸੇ ਤੋਂ ਘੱਟ ਨਹੀਂ ਆ, ਬਹੁਤ ਸਾਰੇ ਲੋਕ ਪਿੰਡਾਂ 'ਚੋਂ ਉੱਠ ਕੇ, ਇੱਕ ਅਨਪੜ੍ਹ ਫੈਮਿਲੀ 'ਚੋਂ, ਪਿੰਡਾਂ ਦੇ ਸਕੂਲ, ਪ੍ਰਾਇਮਰੀ 'ਚ ਸਕੂਲਾਂ 'ਚੋਂ ਪੜ੍ਹ ਕੇ, ਸਰਕਾਰੀ ਸਕੂਲਾਂ 'ਚੋਂ ਇਸ ਮੁਕਾਮ 'ਤੇ ਕਈਆਂ ਨੇ ਹਾਸਲ ਕੀਤੀ। ਜੇ ਜਿੱਦਾਂ ਮੇਰੇ ਹਸਬੈਂਡ ਨੇ ਦੱਸਿਆ ਕਿ ਜੇ ਨਾਮ ਲਈਏ ਤਾਂ ਅਸੀਂ ਉਹ ਗਿਣਤੀ ਨਹੀਂ ਪੂਰੀ ਕਰ ਸਕਦੇ। ਇਵੇਂ ਤਾਂ ਸਟਾਰਟਿੰਗ 'ਚ ਤਾਂ ਨਹੀਂ ਸੀ, ਮੈਂ ਬੱਚਿਆਂ ਦਾ ਇੰਟਰਸਟ ਦੇਖਿਆ ਜ਼ਿਆਦਾਤਰ 10th ਤੋਂ ਬਾਅਦ, 10, 1+2 ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਬੱਚੇ ਦਾ ਇੰਟਰਸਟ ਕੀ ਸੀਗਾ। ਉਹਨਾਂ ਦਾ ਕੋਈ ਬੇਟੇ ਦਾ ਸੀਗਾ ਐਨੀਮੇਸ਼ਨ ਦਾ, ਉਹਨੂੰ ਉੱਧਰ ਉਹਨੂੰ ਜਾਣ ਦਿੱਤਾ, ਔਰ ਬੇਟੀ ਨੇ ਪਹਿਲਾਂ ਲਾਅ ਦਾ ਸੋਚਿਆ ਸੀ, ਉਸ ਤੋਂ ਬਾਅਦ ਉਹਨੇ BA IT ਇਨਫੋਰਮੇਸ਼ਨ ਟੈਕਨੋਲੋਜੀ ਦੇ ਲਈ, ਔਰ ਮੈਂ ਉਹਨਾਂ ਨੂੰ, ਅਸੀਂ ਤਾਂ ਸਪੋਰਟ ਹੀ ਕੀਤਾ ਉਹਨਾਂ ਨੂੰ, ਮੈਂ ਉਹਨਾਂ ਨੂੰ ਬਿਲਕੁਲ ਇਹ ਨਹੀਂ ਫੋਰਸ ਕੀਤਾ ਕਿ ਨਹੀਂ ਤੁਸੀਂ ਇਹ ਬਣੋ ਜਾਂ ਉਹ ਬਣੋ, ਜੋ ਹੀ ਉਹਨਾਂ ਦਾ ਦਿਲ ਸੀਗਾ, ਜਿਹਦੇ 'ਚ ਉਹਨਾਂ ਦਾ ਪੂਰਾ ਕੰਫੀਡੈਂਸ ਸੀਗਾ ਔਰ 100% ਦੇ ਸਕਦੇ ਸੀ, ਮੈਂ ਤਾਂ ਸਪੋਰਟ ਹੀ ਕੀਤੀ ਉਹਨਾਂ ਨੂੰ।